ਪਰੇਸ਼ਾਨੀ ਤੇ ਲਾਇਲਾਜ ਬਿਮਾਰੀ ਹੈ। ਸਰਕਾਰ ਵੱਲੋਂ ਇਸ ਦੀ ਰੋਕਥਾਮ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦਿੜਵਾ ਅੰਦਰ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਏਡਜ਼ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਲੋਕਾਂ ਨੂੰ ਏਡਜ਼ ਸੰਬੰਧੀ ਜਾਗਰੂਕ ਕਰਨ ਦੇ ਯਤਨ ਕੀਤੇ। ਏਡਜ਼ 'ਤੇ ਰੈਲੀ ਕੱਢਣ ਜਾ ਰਹੇ ਹਾਂ, ਕਿਉਂਕਿ ਏਡਜ਼ ਹੈ ਜੋ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ, ਜਿਸ ਨਾਲ ਕਈ ਲੋਕਾਂ ਦੀ ਜਾਨ ਜਾ ਰਹੀ ਹੈ। ਅਸੀਂ ਲੋਕਾਂ ਨੂੰ ਇਸ ਰੈਲੀ ਦੁਆਰਾ ਅਜਿਹੇ ਸੰਦੇਸ਼ ਚਾਉਣਾ ਚਾਹੁੰਦੇ ਹਾਂ ਅਤੇ ਏਡਜ਼ ਤੋਂ ਬਚਣ ਤੋਂ ਰੋਕਣਾ ਚਾਹੁੰਦੇ ਹਾਂ। ਅਸੀਂ ਸਰਕਾਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੜਬਾਰੇ ਵਿਦਿਆਰਥੀ ਹਾਂ। ਅਸੀਂ ਅੱਜ ਏਡਜ਼ ਦੇ ਵਿਸ਼ੇ ਵਿੱਚ ਇੱਥੇ ਰੈਲੀ ਕੱਢ ਰਹੇ ਹਾਂ। ਏਡਜ਼ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ। ਅਸੀਂ ਇਸ ਰੈਲੀ ਨਾਲ ਲੋਕਾਂ ਨੂੰ ਜਾਗਰੂਕ ਕਰਾਉਣਾ ਚਾਹ ਰਹੇ ਹਾਂ ਕਿ ਏਡਜ਼ ਤੋਂ ਬਚੋ, ਏਡਜ਼ ਨਾਲ ਮੌਤ ਦਾ ਤਿਆਰੀ ਹੋ ਸਕਦੀ ਹੈ, ਏਡਜ਼ ਨਾਲ ਮੌਤ ਦੀ ਤਿਆਰੀ ਹੋ ਸਕਦੀ ਹੈ। ਸੈਕੰਡਰੀ ਸਕੂਲ ਦੜਬਾ ਵੱਲੋਂ ਜੀ ਗੌਰਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਅੱਜ ਏਡਜ਼ ਦੀ ਰੋਕਥਾਮ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਰੈਲੀ ਕੱਢਦੇ ਹਾਂ। ਇਹ ਜੋ ਏਡਜ਼ ਦਾ ਬੜੀ ਭਿਆਨਕ ਲਾਇਲਾਜ ਬਿਮਾਰੀ ਹੈ, ਇਹਦਾ ਕੋਈ ਇਲਾਜ ਨਹੀਂ, ਜਿਹੜੀ ਮਨੁੱਖ ਨੂੰ ਅੰਦਰੂਨੀ ਤੌਰ 'ਤੇ ਇੰਨਾ ਕਮਜ਼ੋਰ ਕਰ ਦਿੰਦੀ ਆ ਕਿ ਏਡਜ਼ ਲੱਗਣ ਤੋਂ ਬਾਅਦ ਮਨੁੱਖ 4-5 ਸਾਲਾਂ ਦੇ ਵਿੱਚ ਰੱਬ ਨੂੰ ਪਿਆਰਾ ਹੋ ਜਾਂਦਾ। ਸੋ ਸਾਡੀ ਇਹ ਮੋਰਲ ਡਿਊਟੀ ਆ, ਅਸੀਂ ਆਪਣੀ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦਿੜਵਾ ਤੋਂ ਵਿਨੋਦ ਗੋਇਲ, ਆਜ਼ਾਦ TV ਨਿਊਜ਼ .in ਦੇ ਲਈ।